ਕਪੂਰਥਲਾ ਸ਼ਹਿਰ ਦੇ ਮੁੱਖ ਬਾਜ਼ਾਰ 'ਚ SSP ਤੇ DC ਦਫ਼ਤਰ ਤੋਂ ਸਿਰਫ 100 ਮੀਟਰ ਦੂਰ ਇੱਕ ਜਿਮ ਦੇ ਬਾਹਰ ਕੁਝ ਨੌਜਵਾਨਾਂ ਵਿੱਚ ਤਕਰਾਰ ਹੋ ਗਈ, ਜੋ ਕਿ ਜਲਦ ਹੀ ਲੜਾਈ ਦੇ ਵਿੱਚ ਤਬਦੀਲ ਹੋ ਗਈ, ਜਿਸ ਤੋਂ ਬਾਅਦ ਕਿਰਪਾਨਾਂ ਤੇ ਲੋਹੇ ਦੀਆਂ ਰੋਡਾਂ ਦੇ ਨਾਲ ਇੱਕ ਦੂਜੇ ਤੇ ਹਮਲਾ ਬੋਲਦਾ ਗਿਆ। ਇਹ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਸੋ CCTV ਫੁਟੇਜ ਜਿਸ ਵਿੱਚ ਸਾਫ਼ ਨਜ਼ਰ ਆਇਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਗੁੰਡਾਗਰਦੀ ਦਾ ਨਾਚ ਇੱਥੇ ਹੋਇਆ, ਜਿੱਥੇ ਜਿਮ ਦੇ ਬਾਹਰ ਆਪਸ ਦੇ ਵਿੱਚ ਤਕਰਾਰ ਹੁੰਦੀ ਹੋਈ ਨਜ਼ਰ ਆਈ। ਸੋ ਜਿਸ ਤਰ੍ਹਾਂ ਦੇ ਨਾਲ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਤਲਵਾਰਾਂ ਜਿਹੜੀਆਂ ਨੰਗੀਆਂ ਕੱਢ ਕੇ ਇੱਕ ਦੂਜੇ 'ਤੇ ਹਮਲਾ ਕੀਤਾ ਗਿਆ, ਚੰਦ ਦੂਰੀ 'ਤੇ ਪੁਲਿਸ ਥਾਣੇ ਦੀ ਦੂਰੀ 'ਤੇ ਇਹ ਜਿਮ, ਜਿਸ ਦੇ ਬਾਹਰ ਇਹ ਹੰਗਾਮਾ ਵੇਖਣ ਨੂੰ ਮਿਲਿਆ। ਹਾਲਾਂਕਿ ਹੁਣ ਪੁਲਿਸ ਵੱਲੋਂ ਇਸ CCTV ਫੁਟੇਜ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਕਿਰਪਾਨਾਂ ਅਤੇ ਲੋਹੇ ਦੀਆਂ ਰੋਡਾਂ ਦੇ ਨਾਲ ਇੱਕ ਦੂਜੇ 'ਤੇ ਹਮਲਾ ਬੋਲਿਆ ਗਿਆ ਅਤੇ ਸਾਰੀ ਘਟਨਾ ਉੱਥੇ ਲੱਗੇ CCTV ਕੈਮਰੇ 'ਚ ਕੈਦ ਹੋ ਗਈ। ਸੋ ਫਿਲਹਾਲ ਹੁਣ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਖਿਰ ਕੀ ਵਜ੍ਹਾ ਰਹੀ ਔਰ ਕੌਣ ਦੋਸ਼ੀ ਨੇ ਉਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਕਪੂਰਥਲਾ ਦੇ ਵਿੱਚ ਇਹ ਤਸਵੀਰ ਨਜ਼ਰ ਆਈ ਹੈ ਜਿੱਥੇ ਕਿ ਸ਼ਰੇਆਮ ਆਪਸ ਵਿੱਚ ਉਲਝਦੇ ਇਹ ਲੋਕ ਨਜ਼ਰ ਆਏ ਨੇ, ਜਿੱਥੇ ਕਿ ਤਲਵਾਰਾਂ ਅਤੇ ਲੋਹੇ ਦੀਆਂ ਰੋਡਾਂ ਦੇ ਨਾਲ ਇੱਕ ਦੂਜੇ 'ਤੇ ਹਮਲਾ ਕੀਤਾ ਗਿਆ, ਇੱਕ ਦੂਜੇ ਨੂੰ ਜ਼ਖਮੀ ਕੀਤਾ ਗਿਆ। ਸੋ ਇਹ ਤਕਰਾਰ ਇੱਕ ਜਿਮ ਦੇ ਬਾਹਰ ਹੋਈ, ਜਿੱਥੇ ਕਿ SSP ਅਤੇ DC ਦਫ਼ਤਰ ਤੋਂ ਸਿਰਫ 100 ਮੀਟਰ ਦੂਰ ਇੱਕ ਜਿਮ, ਜਿੱਥੇ ਕਿ ਕੁਝ ਨੌਜਵਾਨਾਂ ਵੱਲੋਂ ਇੱਥੇ ਜਿਮ ਦੇ ਬਾਹਰ ਤਕਰਾਰ ਹੋਈ, ਜੋ ਕਿ ਖੂਨੀ ਝੜਪ ਵਿੱਚ ਤਬਦੀਲ ਹੋ ਗਈ, ਜਿਸ ਤੋਂ ਬਾਅਦ ਕਿਰਪਾਨਾਂ ਅਤੇ ਲੋਹੇ ਦੀਆਂ ਰੋਡਾਂ ਦੇ ਨਾਲ ਇੱਕ ਦੂਜੇ 'ਤੇ ਹਮਲਾ ਕਰ ਦਿੱਤਾ ਗਿਆ। ਪੈਂਜੋ ਜਿਮ ਦੇ ਸਵੇਰੇ SSP ਸਾਹਿਬ ਨੇ ਦੱਸਿਆ ਗਾ ਕਿ ਵੀ ਇਹ ਸਵੇਰੇ ਇੱਕ ਦੋ ਕਿਸੇ ਗਰੁੱਪਾਂ ਦੇ ਵਿੱਚ ਝਗੜਾ ਹੋਇਆ ਹੈਗਾ, ਉਹਦੇ ਵਿੱਚ ਸਾਡੇ ਜਿਹੜੀ ਆ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਊ। ਕਿੰਨਾ ਬੰਦਿਆਂ ਦਾ ਕਸੂਰ ਹੈਗਾ, ਕੋਈ ਵੀ ਹੋਵੇ ਉਹਨੂੰ ਕਿਸੇ ਕਿਸਮ ਨੂੰ ਵੀ ਕਿਸੇ ਅਨਸਰ ਨੂੰ ਜਿਹੜਾ ਹੈਗਾ ਸ਼ਹਿਰ ਦਾ ਮਾਹੌਲ ਨਿਯਮ ਕੱਢ ਦਿੱਤਾ ਜਾਊਗਾ। ਉਹਦੇ ਖਿਲਾਫ਼ ਜੋ ਕਾਨੂੰਨੀ ਕਾਰਵਾਈ ਕਰਦੀ ਹੈ ਕੀਤੀ ਜਾਊਗੀ ਔਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਹਨੂੰ ਜਿਹੜਾ ਹੈਗਾ ਬਿਹਾਈਂਡ ਦੀ ਬਾਰ ਦਿੱਤਾ ਜਾਊਗਾ।